ਅੱਜ ਦੇ ਦਿਨ ਦਾ ਇਤਿਹਾਸ। ਅੱਜ ਹੀ 22 ਸਤੰਬਰ ਨੂੰ ਸਾਲ 1792 ਵਿੱਚ ਫਰਾਂਸ ਗਣਰਾਜ ਦੀ ਸਥਾਪਨਾ ਹੋਈ ਸੀ। ਅੱਜ ਦੇ ਦਿਨ ਹੀ ਸਾਲ 1903 ਵਿੱਚ ਅਮਰੀਕੀ ਨਾਗਰਿਕ ਇਟਾਲੋ ਮਾਰਚੀਓਨੀ ਨੂੰ ਆਈਸਕ੍ਰੀਮ ਕੋਨ ਦੇ ਲਈ ਪੇਟੈਂਟ ਦਿੱਤਾ ਗਿਆ ਸੀ। ਅੱਜ ਦੇ ਹੀ ਦਿਨ ਸਾਲ 1949 ਵਿੱਚ ਸੋਵੀਅਤ ਸੰਘ ਨੇ ਪਹਿਲਾ ਪਰਮਾਣੂ ਬੰਬ ਦਾ ਕਾਮਯਾਬੀ ਨਾਲ ਪਰੀਖਣ ਕੀਤਾ ਸੀ। ਅੱਜ ਦੇ ਹੀ ਦਿਨ ਭਾਰਤ ਤੇ ਪਾਕਿਸਤਾਨ ਦੀ ਲੜਾਈ ਵਿੱਚ ਸਾਲ 1965 ਨੂੰ ਸੰਯੁਕਤ ਰਾਸ਼ਟਰ ਦੀ ਪਹਿਲ ਤੇ ਯੁੱਧ ਵਿਰਾਮ ਹੋਇਆ ਸੀ। ਅੱਜ ਦੇ ਹੀ ਦਿਨ ਸਾਲ 1966 ਵਿੱਚ ਅਮਰੀਕੀ ਯਾਨ ਸਰਵੇਅਰ 2 ਚੰਨ ਦੀ ਪਰਤ ਨਾਲ ਟਕਰਾਇਆ ਸੀ। ਇਤਿਹਾਸ ਦੀਆਂ ਘਟਨਾਵਾਂ ਇਹ ਬਿਆਨ ਕਰਦੀਆਂ ਨੇ ਕਿ ਇਨਸਾਨ ਨੂੰ ਹਰ ਦਿਨ ਕੁਝ ਨਵਾਂ, ਕੁਝ ਉੱਚਾ ਭਾਲਣ ਦੀ ਪਿਆਸ ਰਹੀ ਹੈ ਤੇ ਕੁਝ ਨਵੇਂ ਨੂੰ ਜਾਣਨ ਦੀ ਭਾਲ ਨੇ ਉਹਨੂੰ ਨਵੇਂ ਸਿਖਰ ਬਖਸ਼ੇ ਨੇ। ਅੱਜ ਦੇ ਦਿਨ ਦਾ ਇਤਿਹਾਸ ਸਿਰਫ ਪੰਜਾਬ ਮੇਲ USA TV ਤੇ।